ਜਿਉ ਆਦੀ ਸ਼ਾਹੀ ਜਿੰਦਾਬਾਦ ਜਿਉ ਆਦੀ ਸ਼ਾਹੀ ਜਿੰਦਾਬਾਦ ਪੰਜਾਬ ਦੀ ਸ਼ੇਰਨੀ ਜਿੰਦਾਬਾਦ ਜਿਉ ਆਦੀ ਸ਼ੇਰਨੀ ਜਿੰਦਾਬਾਦ ਪੁਰਜਾ ਪੁਰਜਾ ਕਟ ਮਰੇ ਕਬੂਨਾ ਛਾਡੇ ਖੇ ਬੋਲੇ ਸੋ ਜਿੰਦਾਬਾਦ ਬੀਤੇ ਕੁਲਵਿੰਦਰ ਕੌਰ ਜਿੰਦਾਬਾਦ ਜਿੰਦਾਬਾਦ ਜਿਹੜੇ ਕੁਲਵਿੰਦਰ ਕੌਰ ਆ ਉਸ ਦੀ ਸ਼ਲਾਘਾ ਕੀਤੀ ਜਾ ਰਹੀ ਆ ਉਸ ਨੂੰ ਸ਼ੇਰ ਨਹੀਂ ਕਿਹਾ ਜਾ ਰਿਹਾ ਉੱਥੇ ਹੀ ਬਟਾਲੇ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਕੁਲਵਿੰਦਰ ਕੌਰ ਦੀ ਫੋਟੋ ਲਗਾ ਕੇ ਉਸ ਨੂੰ ਪੰਜਾਬ ਦੀ ਸ਼ੇਰਨੀ ਕਿਹਾ ਗਿਆ ਤੇ ਉਸ ਨੂੰ ਸਲੂਟ ਕੀਤਾ ਗਿਆ ਕੀ ਇਹ ਸਹੀ ਹੈ ਜਾਂ ਗਲਤ ਗਲਬਤ ਕਰ ਲਾਗੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਦੇ ਵਕ ਵਕ ਲੋਕ ਮੌਜੂਦ ਆ ਗਲਬਾ ਜਰੂਰ ਕਰਾਂਗੇ ਕੀ ਸਮਝਦੇ ਹੋ ਕਿ ਅੱਜ ਕੁਲਵਿੰਦਰ ਕੌਰ ਨੂੰ ਸ਼ੇਰ ਨਹੀਂ ਕਹਿਣਾ ਜਾਂ ਉਸ ਦੇ ਹੱਕ ਦੇ ਵਿੱਚ ਉਸ ਨੂੰ ਸਲੂਟ ਕਰਨਾ ਕਿੰਨਾ ਕ ਜਾਇਜ਼ ਬਿਲਕੁਲ ਜਾਇਜ਼ ਆ ਦੇਖੋ ਜਿਹੜੇ ਮੈਂ ਤੇ ਇਹ ਕਹਿੰਦਾ ਕਿ ਜਿਹਦਾ ਜਮੀਰ ਮਰ ਜਾਂਦਾ ਉਹਦੀ ਮੌਤ ਹੁੰਦੀ ਹੈ ਉਹ ਉਦਾਂ ਇਨਸਾਨ ਦੀ ਮੌਤ ਨਹੀਂ ਹੁੰਦੀ ਔਰ ਇਹ ਉਹ ਜਾਗਦੇ ਜ਼ਮੀਰ ਵਾਲੀ ਕੁਲਵਿੰਦਰ ਕੌਰ ਹੈ ਕਿ ਜਿਨੇ ਆਪਣੀ ਮਾਂ ਨੂੰ ਜੋ ਉਹਨਾਂ ਨੇ ਬੇਇੱਜ਼ਤੀ ਕੀਤੀ ਸੀ ਉਦੋਂ ਕੱਲੀ ਉਹਦੀ ਮਾਂ ਨਹੀਂ ਉਦੋਂ ਹਿੰਦੁਸਤਾਨ ਦੇ ਹਰ ਧਰਮ ਦੇ ਹਰ ਵਰਗ ਦੇ ਹਰ ਸਟੇਟ ਦੇ ਲੋਕ ਉੱਥੇ ਬੈਠੇ ਸੀ ਉਹਨਾਂ ਦੀਆਂ ਮਾਵਾਂ ਪੈਣਾ ਬੈਠੀਆਂ ਸੀ ਸਾਰਿਆਂ ਨੂੰ ਮਾੜਾ ਚੰਗਾ ਬੋਲਿਆ ਔਰ ਸਾਰਿਆਂ ਵੱਲੋਂ ਉਹਨੇ ਇਹ ਉਹਨੂੰ ਦੱਸਿਆ ਕਿ ਜਿਹੜਾ ਤੂੰ ਬੋਲਿਆ ਉਦੋਂ ਤੈਨੂੰ ਉਹ ਭੁਗਤਣਾ ਵੀ ਪੈ ਸਕਦਾ ਹੈ ਔਰ ਇਹਦੇ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਔਰ ਅੱਜ ਪਤਾ ਹੈ ਕਿ ਉਹਨਾਂ ਦੀ ਸਰਕਾਰ ਬਣੀ ਹੈ ਫੇਰ ਵੀ ਉਹਨੂੰ ਇਹ ਦੱਸਿਆ ਗਿਆ ਵੀ ਤੇਰੀ ਸਰਕਾਰ ਵੀ ਬਣ ਜੇਗੀ ਫੇਰ ਵੀ ਤੂੰ ਕੁਝ ਜਿਹੜਾ ਗਲਤ ਨਹੀਂ ਬੋਲ ਸਕਦੀ ਔਰ ਮੈਂ ਤਾਂ ਕਹਿੰਦਾ ਜਿਹੜੇ ਇੱਥੇ ਪੰਜਾਬ 'ਚ ਵੀ ਇੱਕ ਦੋ ਬਿੱਟੂ ਵਰਗੇ ਆ ਹੰਸਰਾਜ ਵਰਗੇ ਗਲਤ ਬੋਲਦੇ ਫਿਰ ਸਰਾਜ ਨੂੰ ਤਾਂ ਪੰਜਵੇਂ ਨੰਬਰ ਤੇ ਬਚਾਤਾ ਤੁਸੀਂ ਪਰ ਬੋਲਣੋਂ ਨਹੀਂ ਨਾ ਹਟਦੇ ਬੋਲੋ ਨਾ ਤੇ ਵੇਖੋ ਕੰਗਣਾ ਨੇ ਵੀ ਬਾਅਦ 'ਚ ਕਿਹਾ ਕਿ ਇਹ ਅੱਤਵਾਦ ਆ ਇਹ ਆ ਉਹ ਆ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਚੈਨਲ ਤੋਂ ਕਿ ਇਹ ਥੱਪੜ ਮਾਰਨਾ ਅੱਤਵਾਦ ਆ ਕਿ ਇੱਕ ਇਨਸਾਨ ਨੂੰ ਬੋਰੀ 'ਚ ਪਾ ਕੇ ਕੁੱਟਣਾ ਉਹਦੀਆਂ ਹੱਡੀਆਂ ਤੋੜ ਦੇਣੀਆਂ ਅਤੂ ਗੈਸ ਦੇ ਨੇ ਗੋਲੇ ਮਾਰਨੇ ਕਿ ਉਹਨਾਂ ਦੀਆਂ ਅੱਖਾਂ ਖਰਾਬ ਹੋ ਜਾਣ ਔਰ ਉਹਨਾਂ ਨੂੰ ਗੋਲੀਆਂ ਮਾਰਨੀਆਂ ਉਹਨਾਂ ਦੀਆਂ ਗੱਡੀਆਂ ਭੰਨਣੀਆਂ ਉਹ ਅਤਵਾਦ ਅਤਵਾਦੀ ਉਹ ਆ ਕਿ ਅਤਵਾਦੀ ਇਹ ਆ ਜੇ ਇਹ ਅਤਵਾਦ ਆ ਕਿ ਆਪਣੇ ਲੀਡਰਾਂ ਨੂੰ ਸਹੀ ਰਾਹ ਤੇ ਲਿਆਉਣਾ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਖੁਸ਼ਹਾਲ ਕਰਨਾ ਤੇ ਫਿਰ ਤੇ ਅਸੀਂ ਫਕਰ ਨਾ ਕਹਿੰਦੇ ਅਸੀਂ ਅਤਵਾਦੀ ਹੈਗੇ ਆ ਪਰ ਗਲਬਤ ਨਾ ਵੀ ਮਸਲਾ ਹੋ ਸਕਦਾ ਹੈ ਜੇ ਕੁਲਵਿੰਦਰ ਕੌਰ ਹੂੜਾ ਨਾਲ ਕੋਈ ਗਲਤਾਂ ਠਾਂ ਹੋ ਗਈ ਸੀ ਉਹ ਆਪਣੇ ਅਧਿਕਾਰੀਆਂ ਨੂੰ ਦੱਸ ਦੇਵੇ ਹੱਥ ਚੁੱਕਨ ਦਾ ਨਬਤ ਵੀ ਨਾ ਹੁੰਦੀ ਗੱਲਬਾਤ ਤੇ ਉਹਨਾਂ ਕੀਤੀ ਹੋਏਗੀ ਪੂਰੀ ਗੱਲਬਾਤ ਕੀਤੀ ਹੋਏਗੀ ਪਰ ਜੇ ਹੁਣ ਅਗਲਾ ਇੱਕ ਇਹ ਗੱਲਬਾਤ ਕਰਨਾ ਹੀ ਨਹੀਂ ਚਾਹੁੰਦਾ ਅਜੇ ਤੱਕ ਅਸੀਂ ਵੇਖਿਆ ਵੀ ਕਦੋਂ ਗੱਲਬਾਤ ਕਰਨਾ ਚਾਹੁੰਦੇ ਨੇ ਇਹ ਗੱਲਬਾਤ ਕਰਦੇ ਨੇ ਗੱਲ ਦਾ ਕੋਈ ਜਵਾਬ ਇਹਨਾਂ ਕੋਈ ਆ ਇਲੈਕਸ਼ਨ ਦੌਰਾਨ ਕਿਸ ਗੱਲ ਦਾ ਜਵਾਬ ਦਿੱਤਾ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਕਦੀ ਕੋਈ ਜਵਾਬ ਦਿੱਤਾ ਗੱਲ ਦਾ ਗੱਲਬਾਤ ਕਰਨੀ ਚਾਹੁੰਣ ਤੇ ਤਾਂ ਵਾ ਜੇ ਹੁਣ ਕੋਈ ਧੱਕੇ ਨਾਲ ਹੀ ਆਪਣਾ ਰੋਪ ਦਿਖਾ ਕੇ ਨੰਗਣਾ ਚਾਹੇ ਕੀ ਪਤਾ ਉਹਦੇ ਹੁਣ ਪਰਸ ਜੇ ਜਾਂ ਕੀ ਹੀ ਜਿਹੜਾ ਉਹ ਚੈੱਕ ਨਹੀਂ ਕਰਾਉਣ ਦੇਣਾ ਚਾਹੁੰਦੀ ਇਹ ਤੇ ਉਹਨੂੰ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਵੀ ਤੂੰ ਕਿਉਂ ਇਹ ਕੰਮ ਕੀਤਾ ਉਹਦੀ ਹੋਰ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਹਜੇ ਇਹ ਕੰਮ ਇਨਸਾਨ ਜਿਹੜਾ ਨਾ ਉਹ ਗਲਤੀ ਕਰ ਜੇ ਵੱਖਰੀ ਗੱਲ ਆ ਪਰ ਜਿੰਨੇ ਐਮਪੀ ਬਣਨਾ ਵਾ ਦੇਸ਼ ਨੂੰ ਚਲਾਉਣਾ ਵਾ ਉਹ ਇਹੋ ਜੀ ਗਲਤੀ ਕਰੇ ਉਹਦੇ ਤੇ ਕੋਈ ਆਵਾਜ਼ ਨਾ ਚੁੱਕੇ ਕਿਉਂਕਿ ਇਹ ਉਦੋਂ ਜਦੋਂ ਨੇ ਬੋਲਿਆ ਉਦੋਂ ਹੀ ਉੱਤੇ ਪਰਚਾ ਹੋਣਾ ਚਾਹੀਦਾ ਹੈ ਬੰਦ ਤਾਂ ਸਮਝਦੇ ਹੋ ਕਿ ਸਸਪੈਂਡ ਕਰ ਦਿੱਤਾ ਗਿਆ ਕੁਲਵਿੰਦਰ ਕਰਨ ਨੂੰ ਸਸਪੈਂਡ ਤੇ ਕੋਈ ਮੂਲੀ ਗੱਲ ਆ ਇਹ ਤੇ ਕੋਈ ਏਡੀ ਵੱਡੀ ਗੱਲ ਨਹੀਂ ਉਹ ਬਾਲ ਹੋ ਸਕਦੀ ਹੈ ਕੋਈ ਐਡੀ ਨੌਕਰੀ ਦਾ ਖਤਰਾ ਨਹੀਂ ਹੈਗਾ ਉਹਨੇ ਵੀ ਕਿਹਾ ਤੇ ਅਸੀਂ ਵੀ ਕਹਿੰਦੇ ਆ ਤੇ ਇਹਨੂੰ ਬਹਾਲ ਕਰਾਵਾਂਗੇ ਜੇ ਨਾ ਕਰਨਗੇ ਤੇ ਸਾਡੇ ਕੋਲ ਸਾਰੇ ਹਥਿਆਰ ਆ ਜਮ੍ਹਾਂ ਕਰਾਏ ਆ ਕਿਤੇ ਥਾਣਿਆਂ ਚ ਕਢਾਉਣੇ ਆ ਝੰਡੇ ਡੰਡੇ ਸਾਡੇ ਕੋਲ ਆ ਸੰਯੁਕਤ ਮੋਰਚੇ ਦਾ ਫੈਸਲਾ ਹੋਏਗਾ ਤੇ ਜਿੱਦਾਂ ਅੱਗੇ ਜਾਮ ਕਰੀ ਜਾਂਦੇ ਆ ਜਾਮ ਕਰਾਂਗੇ ਇਹਨਾਂ ਮੰਤਰੀਆਂ ਦੇ ਘਰਾਂਗੇ ਧਰਨੇ ਲਾਵਾਂਗੇ ਇਹਨਾਂ ਨੂੰ ਬਾਹਰ ਨਾਲ ਨਿਕਲਦੇ ਆਂ ਕਿ ਚੱਲਣ ਨਾ ਦੇਵਾਂਗੇ ਸਰਕਾਰ ਨੂੰ